ਸੋ ਸਤਿ ਸ਼੍ਰੀ ਅਕਾਲ ਬਈ ਸਾਰਿਆਂ ਨੂੰ, ਹੋਪ ਸੋ ਸਾਰੇ ਜਾਣੇ ਬਿਲਕੁਲ ਠੀਕ ਹੋਵੋਗੇ। ਅੱਜ ਦੀ ਵੀਡੀਓ ਵਿੱਚ ਰਿਐਕਟ ਕਰਨ ਜਾ ਰਹੇ ਹਾਂ ਬਈ ਐਮਬਰਾਇਡਰੀ ਸੌਂਗ ਬਾਏ ਜੀ ਸਿੱਧੂ ਬਾਈ, ਲਿਖਿਆ ਅਤੇ ਗਾਇਆ ਇਹ ਗਾਣਾ ਜੀ ਸਿੱਧੂ ਬਾਈ ਨੇ ਆ, ਅਤੇ ਜਿਹੜਾ ਇਹਦਾ ਮਿਊਜ਼ਿਕ ਆ ਬਈ ਉਹ ਬਣਾਇਆ ਬਿੱਗ ਬਰਡ ਨੇ, ਜਿਹੜਾ ਢੋਲਾ ਉਹ ਨਾਨਾ ਢੋਲੀ ਐਂਡ ਗੁਰਪ੍ਰੀਤ ਪੰਨੂ ਬਾਈ ਨੇ ਬਣਾਇਆ, ਅਤੇ ਤੂੰਬੀ ਤੂੰਬਾ ਅਲਗੋਜ਼ੇ ਸੁਰੰਗੀ ਜੋਬਣ ਸੁਨਾਮੀ ਬਾਈ ਦੇ ਆ, ਅਤੇ ਗਿਟਾਰ ਹੈਗਾ ਅਮਰ ਧਾਲੀਵਾਲ ਵੀਰੇ ਦਾ। ਅਤੇ ਜਾਣੀ ਕਿ ਕਹਿਣ ਦਾ ਮਤਲਬ ਵੀ ਜਿਹੜੇ ਹਿਸਾਬ ਨਾਲ ਬਾਈ ਇਹ ਇੰਸਟਰੂਮੈਂਟ ਗਣਾਏ ਜਾ ਰਹੇ ਆ, ਹੈ ਨਾ, ਉਸ ਹਿਸਾਬ ਨਾਲ ਤਾਂ ਇਹ ਲੱਗ ਰਿਹਾ ਹੈਗਾ ਵੀ ਪੂਰਾ ਫੋਕ ਟੱਚ ਹੋਣ ਜਾ ਰਿਹਾ ਗਾਣੇ ਦੇ ਵਿੱਚ। ਬਾਕੀ ਦੇਖੇ ਤੋਂ ਪਤਾ ਲੱਗੂਗਾ। ਅਤੇ ਜੇ ਫਿਲਮ ਪ੍ਰੋਡਕਸ਼ਨ ਦੀ ਗੱਲ ਕਰੀਏ, ਵੀਡੀਓ ਬਣਾਈ ਆ ਰਿਵਾਈਵ ਫਿਲਮਸ ਨੇ, ਸੋ ਦੇਖਦੇ ਆ ਗਾਣਾ ਕਿਵੇਂ ਹੁੰਦਾ ਕਿਵੇਂ ਨਹੀਂ। ਬਿਨਾਂ ਟਾਈਮ ਖਰਾਬ ਕੀਤੇ ਸ਼ੁਰੂ ਕਰਦੇ ਆ ਇਹਦੀ ਇਹ ਵੀਡੀਓ। ਬਿੱਗ ਬਰਡ ਅੰਬਰੋਇਡਰੀ ਚ ਨਾਵੇਂ ਤੂੰ ਲੁਕਾ ਕੇ ਰੱਖੇ, ਬੁੱਲਾ ਤੇ ਚੜਿਆ ਜੋ ਨਾਵੇਂ ਨਾ ਲੁਕਾਇਆ ਲੁਕੇ, ਖੇਡੇ ਅੱਖਾਂ ਨਾਲ ਤੂੰ ਲੁਕਣ ਮੀਚੀਆਂ, ਇਉਂ ਜੇ ਅੱਖ ਤੇਰੀ ਕਿਸੇ ਮੂਰੇ ਕਿੱਥੇ ਚੁੱਕੇ, ਜਿੰਨਾ ਨੇੜੇ ਆਈਏ ਉਨੇ ਹੀ ਡੂੰਘੇ ਸਾਲ ਮੈਂ, ਕੱਲ ਦਾ ਬਲਸ਼ ਬਿਨਾ ਹੋਇਆ ਲਾਲ ਰੰਗ ਨੀ, ਨੀ ਇਸੇ ਗੱਲੋਂ ਸਾਨੂੰ ਤੂੰ ਪਸੰਦ ਹੈ, ਆਏ ਸਾਨੂੰ ਦੇਖ ਪੈਂਦੀ ਹੈ ਤੂੰ ਸੰਜਰੀ ਆਇਤੇ ਰੱਖ, ਬਹੁਤ ਘੈਂਟ ਹੁੱਕ ਲਾਈਨ ਬਾਈ ਨੇ ਬਹੁਤ ਘੈਂਟ ਲਿਖੀ ਆ ਯਾਰ ਹੁੱਕ ਲਾਈਨ ਬਾਈ, ਮਤਲਬ ਸਾਨੂੰ ਕਹਿੰਦਾ ਇਸੇ ਕਰਕੇ ਪਸੰਦ ਆ ਤੂੰ ਕਿਉਂਕਿ ਸਾਨੂੰ ਦੇਖ ਕੇ ਸੰਗ ਜਾਂਦੀ ਆ। ਅਤੇ ਬਾਕੀ ਯਾਰ ਮਿਊਜ਼ਿਕ ਸਿਰਾ ਬਾਬਿਓ, ਫੋਕ ਟੱਚ ਪੂਰਾ, ਨੱਚਣ ਨੂੰ ਜੀ ਕਰ ਰਿਹਾ ਹੈਗਾ ਸੁਣ ਕੇ, ਅਤੇ ਢੋਲ ਵੱਜ ਰਿਹਾ, ਤੂੰਬੇ ਵੱਜ ਰਿਹਾ, ਤੂੰਬੀਆਂ ਵੱਜ ਰਹੀਆਂ ਅਲਗੋਜ਼ੇ, ਹੈ ਨਾ, ਅਤੇ ਸਿਰਾ ਹੀ ਆ ਬਾਈ ਮਿਊਜ਼ਿਕ, ਬਹੁਤ ਟਾਈਮ ਬਾਅਦ ਇਹੋ ਜਿਹਾ ਮਿਊਜ਼ਿਕ ਸੁਣਨ ਨੂੰ ਮਿਲਿਆ। ਸੱਚੀ ਕਹਿੰਦਾ ਭੰਗੜਾ ਪਾਉਣ ਨੂੰ ਜੀ ਕਰ ਰਿਹਾ ਹੈਗਾ ਬਾਈ, ਮਿਊਜ਼ਿਕ ਸਿਰਾ ਹੀ ਆ ਜਮਾ। ਯਾਰ ਵੀਡੀਓ ਵੀ ਘੈਂਟ ਆ ਬਾਈ, ਵੀਡੀਓ 'ਚ ਦੇਖੋ ਕਿੰਨੇ ਘੈਂਟ ਭੰਗੜੇ ਦੇ ਸਟੈਪ ਆ ਗਏ। ਅਤੇ ਇਹ ਗਾਣਾ ਵਿਆਹਾਂ ਵੂਹਾਂ 'ਚ ਬਹੁਤ ਜ਼ਿਆਦਾ ਚੱਲੂਗਾ, ਕਿਉਂਕਿ ਬਾਈ ਮਤਲਬ ਇਹੋ ਜਿਹਾ ਗਾਣਾ ਅੱਜ ਕੱਲ੍ਹ ਦੇਖਣ ਨੂੰ ਹੀ ਨਹੀਂ ਮਿਲਦਾ ਯਾਰ, ਮਤਲਬ ਅੱਜ ਕੱਲ੍ਹ ਤਾਂ ਸਾਰੇ ਡਰਿੱਲ ਬੀਟ ਆ ਜੀ, ਇਹ ਫਲਾਨੀ ਬੀਟ ਆ, ਟਰੈਪ ਆ ਜੀ, ਆ ਹੈ ਨਾ, ਮਤਲਬ ਇਹ ਚੀਜ਼ਾਂ ਨੂੰ ਭੁੱਲਦੇ ਜਾ ਰਹੇ ਆ। ਹਿੱਪ ਹੋਪ ਵੱਲ ਜ਼ਿਆਦਾ ਆਕਰਸ਼ਿਤ ਹੋ ਰਹੀ ਆ ਆਪਣੀ ਅੱਜ ਕੱਲ੍ਹ ਦੀ ਪੀੜ੍ਹੀ ਆ ਜਿਹੜੀ, ਪਰ ਇਹ ਜਿਹੜਾ ਆਪਣਾ ਪੁਰਾਣਾ ਸੱਭਿਆਚਾਰ ਆ, ਹੈ ਨਾ, ਆਪਣੇ ਪੁਰਾਣੇ ਸਾਰੇ ਜਿਹੜੇ ਇੰਸਟਰੂਮੈਂਟ ਹੈਗੇ ਇਹਨਾਂ ਨੂੰ ਭੁੱਲਣਾ ਨਹੀਂ ਚਾਹੀਦਾ। ਅਤੇ ਬਾਈ ਨੇ ਯਾਰ ਬਹੁਤ ਟਾਈਮ ਬਾਅਦ ਮਤਲਬ ਇਹੋ ਜਿਹੀ ਫੀਲਿੰਗ ਆਈ ਯਾਰ ਗਾਣਾ ਸੁਣਦੇ, ਮੈਨੂੰ ਬਹੁਤ ਘੈਂਟ ਲੱਗੀ ਜੀ।
ਹਾਂ ਹਾਂ ਬਈ ਆਹ ਆਹ ਚੀਜ਼ ਜੈਜ਼ੀ ਬੈਸ ਵਾਲੀ ਗੱਲ ਤੋਂ ਗੱਲ ਯਾਦ ਆਈ, ਇਹੋ ਜਿਹਾ ਮਿਊਜ਼ਿਕ ਜੈਜ਼ੀ ਬੀ ਦੇ ਗਾਣਿਆਂ 'ਚ ਸੁਣਿਆ ਮੈਂ, ਅਤੇ ਉਹ ਬਾਈ ਕਰ ਰਿਹਾ ਇਹੋ ਜਿਹਾ ਕੰਮ, ਹੈ ਨਾ ਉਹ ਬਾਈ ਦਾ ਮਿਊਜ਼ਿਕ ਗਾਣਿਆਂ ਦਾ ਕਈਆਂ ਦਾ ਇਸੇ ਤਰ੍ਹਾਂ ਦਾ ਹੁੰਦਾ ਗਾ। ਅਤੇ ਇੱਕ ਗਾਣਾ ਹੁਣ ਪਿੱਛੇ ਜੇ ਆਇਆ ਵੀ ਸੀਗਾ ਬਾਈ ਦਾ ਜੈਜ਼ੀ ਬੀ ਦਾ, ਉਹਦੇ 'ਚ ਪੂਰਾ ਹੀ ਫੋਕ ਟੱਚ ਸੀਗਾ, ਅਤੇ ਉਹਦਾ ਮੈਂ ਨਾਂ ਭੁੱਲ ਗਿਆ ਗਾਣੇ ਦਾ, ਇਹਦਾ ਮਤਲਬ ਬਾਈ ਵੀ ਮਤਲਬ ਫੋਲੋ ਕਰਦਾ ਗਾ ਜੈਜ਼ੀ ਬਾਈ ਨੂੰ। ਨਾਈਸ ਯਾਰ। ਸੋ ਬਾਈ ਇਹ ਸੀਗਾ ਗਾਣਾ, ਤਾਂ ਯਾਰ ਬਹੁਤ ਬਹੁਤ ਜ਼ਿਆਦਾ ਪਿਆਰਾ ਗਾਣਾ ਸੀਗਾ, ਫੁੱਲ ਸਵਾਦ ਆਇਆ ਬਾਈ ਗਾਣਾ ਸੁਣਨ ਦਾ, ਅਤੇ ਮਿਊਜ਼ਿਕ ਵੀ ਬਹੁਤ ਘੈਂਟ ਸੀਗਾ ਬਾਈ ਦਾ, ਅਤੇ ਬਾਈ ਦੀ ਵੋਕਲ ਬਹੁਤ ਜ਼ਿਆਦਾ ਸ਼ਾਨਦਾਰ ਹੈਗੀ, ਹੈ ਨਾ ਮਤਲਬ ਵੋਕਲ ਦੇ ਵਿੱਚ ਨਾ ਬੜਕ ਚਾਹੀਦੀ ਆ, ਇੱਕ ਹਿੱਕ 'ਚ ਜ਼ੋਰ ਚਾਹੀਦਾ, ਹਿੱਕ ਨਾਲ ਹਿੱਕ ਦੇ ਜ਼ੋਰ ਨਾਲ ਗਾਉਣ ਵਾਲਾ ਜਿਹੜਾ ਸਿੰਗਰ ਹੈਗਾ ਉਹੀ ਇਹੋ ਜਿਹੇ ਗਾਣੇ ਨੂੰ ਜਸਟਿਸ ਕਰ ਸਕਦਾ, ਹੈ ਨਾ। ਬਹੁਤ ਪਿਆਰੇ ਤਰੀਕੇ ਨਾਲ ਬਾਈ ਨੇ ਗਾਇਆ ਹੈਗਾ ਗਾਣਾ, ਅਤੇ ਫੁੱਲ ਸਵਾਦ ਆਇਆ ਬਾਈ, ਫੁੱਲ ਇੰਜੋਏ ਕੀਤਾ ਆਪਾਂ ਗਾਣਾ, ਬਹੁਤ ਟਾਈਮ ਬਾਅਦ ਇਹੋ ਜਿਹਾ ਗਾਣਾ ਸੁਣਨ ਨੂੰ ਮਿਲਿਆ, ਅਤੇ ਨਹੀਂ ਤਾਂ ਬਸ ਇਹ ਪੋਹ ਪਜਾ ਚੱਲੀ ਜਾਂਦਾ, ਹੈ ਨਾ ਮਤਲਬ ਉਹ ਸੁਣ ਸੁਣ ਕੇ ਹੁਣ ਉਹ ਤੋਂ ਵੀ ਅੱਕੇ ਜੇ ਪਏ ਸੀਗੇ, ਅਤੇ ਇਹ ਸੁਣ ਕੇ ਨਾ ਸਕੂਨ ਜਿਹਾ ਮਿਲਿਆ। ਅਤੇ ਬਾਕੀ ਬਾਈ ਤੁਸੀਂ ਦੱਸੋ ਤੁਹਾਨੂੰ ਗਾਣਾ ਕਿਵੇਂ ਲੱਗਿਆ? ਬਾਈ ਵੀਡੀਓ ਵੀ ਬਹੁਤ ਘੈਂਟ ਸੀਗੀ, ਅਤੇ ਜਿਹੜੇ ਭੰਗੜੇ ਵਾਲੇ ਸਟੈਪ ਸੀ ਦੇਖ ਕੇ ਆਪਦਾ ਵੀ ਭੰਗੜਾ ਪਾਉਣ ਨੂੰ ਜੀ ਕਰਦਾ ਸੀਗਾ, ਸੋ ਘੈਂਟ ਸੀ ਯਾਰ ਕੰਮ ਕੁੱਲ ਮਿਲਾ ਕੇ। ਬਾਕੀ ਆਪਾਂ ਲਿੰਕ ਦੇਵਾਂਗੇ ਡਿਸਕ੍ਰਿਪਸ਼ਨ ਦੇ ਵਿੱਚ, ਤੁਸੀਂ ਇਹ ਗਾਣਾ ਜਾ ਕੇ ਚੈੱਕ ਜ਼ਰੂਰ ਕਰਿਓ, ਅਤੇ ਬਾਈ ਦੇ ਹੋਰ ਵੀ ਗਾਣੇ ਚੈੱਕ ਕਰਿਓ ਬਾਈ ਤੁਸੀਂ, ਅਤੇ ਜੇ ਤੁਹਾਨੂੰ ਘੈਂਟ ਲੱਗੇ ਤਾਂ ਬਾਈ ਦਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ। ਸੋ ਬਸ ਇਹੀ ਸੀਗੀ ਬਾਈ ਵੀਡੀਓ, ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਬਾਈ ਲਾਈਕ ਕਰ ਦਿਓ, ਆਪਣੇ ਚੈਨਲ ਨੂੰ ਵੀ ਕਰ ਦਿਓ ਸਬਸਕ੍ਰਾਈਬ। ਫਿਰ ਮਿਲਾਂਗੇ ਨਵੀਂ ਵੀਡੀਓ ਦੇ ਨਾਲ, ਥੈਂਕਸ ਫੋਰ ਵਾਚਿੰਗ ਗਾਈਸ। Sons steadily, sons steadily.